हाँ जी किसान वीरो स्वागत है तुहाडा अपने यूट्यूब चैनल बाबा डेयरी फार्म दे उत्ते जी। अज दी वीडियो विच आपां एक बच्ची ते एक वैड सेल लई लैके आए जी। जिहड़े वीरां ने हले तक अपने चैनल नूं सबसक्राइब नहीं कीता बेनती है चैनल नूं सबसक्राइब कर लो ते नाल लग्गे घंटी दा बटन प्रेस कर लो तां कि हर इक आउण वाली नवीं वीडियो दा नोटिफिकेशन सब तो पहला तुहाडे तक पहुँच सके जी। जे कोई वीर है मेरी वीडियो बनवाउणी चाहुंदा मेरे नाल कॉन्टैक्ट कर लो जी। कॉन्टैक्ट नंबर नोट करो 8146-6615-312। आओ पहुँचदे आपां वीर तेरी डिटेल ਅੱਜ ਵੀ। ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ ਨਾਮ ਤੇ ਐਡਰੈਸ ਬੋਲ। ਨਾਮ ਮੇਰਾ ਸੋਖਾ ਜੀ, ਪਿੰਡ ਮੇਰਾ ਨੈਣੇਵਾਲ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਜੀ। ਤਹਿਸੀਲ ਤਪਾ, ਨੇੜੇ ਪਿੰਡ ਸੋਖ ਕਿਹੜਾ ਰਹਿ ਜਾਂਦਾ? ਪਦੌੜ, ਛੰਨਾ ਤੇ ਸੈਣਾ। ਸੈਣਾ ਜੀ, ਠੀਕ ਆ ਬਾਈ। ਤੇ ਮੋਬਾਈਲ ਨੰਬਰ ਬੋਲ ਦੋ। ਮੋਬਾਈਲ ਨੰਬਰ ਹੈਗਾ 6285-73-218, ਦੂਜਾ ਨੰਬਰ ਹੈਗਾ 99-151-5712। ਇਹ ਦੋਵੇਂ ਵੀਰ ਦੇ 27 ਤਰੀਕ ਆ, 7ਵਾਂ ਮਹੀਨਾ 2023। 27 ਤਰੀਕ 7ਵਾਂ ਮਹੀਨਾ 2023 ਨੂੰ ਬਾਈ ਵੀਡੀਓ ਕਵਰ ਕਰਦੇ ਆ ਜੀ। ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਉੱਪਰ ਚੱਲ ਰਿਹਾ, ਨੋਟ ਕਰ ਲਓ। ਵੀਰੇ ਸੁੱਖ ਜਿਹੜੀ ਸਭ ਤੋਂ ਪਹਿਲੇ ਨੰਬਰ ਤੇ ਪੂਰੇ ਵੱਡੇ ਢਾਂਚੇ ਦੀ ਬੱਚੀ ਦੇਖਦੇ ਆ, ਕਿੰਨੀ ਇਹ ਬਾਈ ਆ 30 ਤਰੀਕ ਨੂੰ ਇਹ 15 ਮਹੀਨਾ ਦੀ ਹੋ ਜੂਗੀ। ਇਹ 15 ਮਹੀਨਿਆਂ ਦੀ ਹੋ ਜੂ। ਹਾਂ, ਆ 30 ਤਰੀਕ ਨੂੰ। ਠੀਕ ਆ ਬਾਈ, 3 ਦਿਨ ਰਹਿ ਗਏ ਅੱਜ। ਠੀਕ ਆ ਬਾਈ, ਬੱਚੀ ਹੀਟ 'ਚ ਹੈ, ਮੂੰਹੋਂ ਕੱਚੀ ਖੀਰੀ ਆ। ਅੱਛਾ ਬਾਈ, ਕਹਿਣ ਨੂੰ ਤਾਂ ਮੈਂ ਕੁਝ ਵੀ ਕਹੀ ਜਾਵਾਂ, ਇਹਦੀ ਮਾਂ ਦਾ 32-33 ਲੀਟਰ ਦੁੱਧ ਸੀਗਾ। ਮੇਰੇ ਵੱਲੋਂ ਕੋਈ 10 ਕਿਲੋ ਕਢਾ ਲੇ, ਕੋਈ 40 ਲੀਟਰ ਕਢਾ ਲੇ। ਠੀਕ ਆ ਬਾਈ, ਮੈਂ ਨਹੀਂ ਦੱਸਦਾ ਵੀ ਉਹਨਾਂ ਦੇ ਕੋਲੇ ਆਪ ਬੰਦਿਆਂ ਦਾ ਵੀਜ਼ਾ ਲੱਗ ਗਿਆ। ਪਰਸੋਂ ਨੂੰ ਬਾਹਰ ਜਾਣਾ, 4 ਗਾਂਜਾਂ ਸੀ, 2 ਵੈੜਾਂ ਸੀ, ਮੇਰੇ ਜਾਂਦੇ ਨੂੰ ਵੇਗੀਆਂ ਸੀ, ਆਹੀ ਰਹੀ ਸੀ, ਮੈਂ ਲੈ ਲਈ ਜਾ ਕੇ। ਠੀਕ ਆ ਬਾਈ, ਤੇ ਤੋਰ ਕੇ ਦਿਖਾ ਦੇ ਬਾਈ। ਬਾਈ ਫੇਸ ਬਿਊਟੀ ਜਿੰਨੀ ਕਹਿ ਦੋ ਉਨੀ ਚੰਗੀ ਆ। ਅੱਜ ਇਸ ਕੰਨ ਕੋ ਨੇ ਛੋਟਾ ਯਾਰ ਕੱਦੀ ਵਾਲਾ ਜੋ ਗਾਣ ਆਉਂਦਾ ਕੋਠੇ ਵਰਗੀ ਆ ਬਾਈ, ਪੂਰਾ ਉੱਚਾ ਲੰਮਾ, ਜਿੰਨਾ ਕਹਿ ਦੋ ਉਨਾ ਉੱਚਾ ਲੰਮਾ, ਕੱਦ ਕਾਠ ਆ, ਵਜਣ ਵੁਜਣ ਬਹੁਤ ਆ ਬੱਚੀ 'ਚ, ਤੇ ਪ੍ਰਿੰਟ ਪ੍ਰੁੰਟ ਚੰਗਾ, ਝੋਲੀ ਬਾ ਕਮਾਲ ਦੀ ਆ ਬਾਈ, ਚਾਰੇ ਥਣ ਨਿਕਲਵੇਂ ਪੂਰੇ ਗਾਇਬ, ਤੇ ਇਕੱਲਾ ਇਕੱਲਾ ਥਣ ਲੱਗਿਆ ਬਾਈ, ਤੇ ਤੋਰ ਵਗੈਰਾ ਬਹੁਤ ਚੰਗੀ ਆ ਦੇਖ ਸਕਦੇ ਹੋ। ਲੈ ਚੱਲ ਬਾਈ ਸੁੱਖ ਲੰਬੀ ਤੋਲ ਬਾਈ, ਢਾਂਚਾ ਢੂੰਚਾ ਬਾਈ ਪੂਰਾ ਚੰਗਾ, ਪਲੀ ਪੁਲੀ ਵੀ ਆ, ਪੂਰੀ ਸਮੀ ਪਲੀ ਵੀ ਆ ਬੱਚੀ, ਤੇ ਮੋੜ ਲਿਆ ਬਾਈ ਸੁੱਖ, ਦੁੱਧ ਚੰਗਾ ਪਾਇਆ ਬਾਈ ਨੇ ਦੱਸਿਆ ਦੀ ਮਾਂ ਨੇ, ਤੇ ਹਜੇ ਉਮਰ ਵੀ ਬਾਈ ਇਹਦੀ ਕੁਛ ਨੀ ਹੋਈ ਆ। 30 ਤਰੀਕ ਨੂੰ 15 ਮਹੀਨਿਆਂ ਦੀ ਹੋਣੀ ਹੈ ਜੀ। ਠੀਕ ਆ ਬਾਈ, 30 ਤਰੀਕ ਨੂੰ 15 ਮਹੀਨਿਆਂ ਦੀ ਹੋ ਜੂ, ਦੇ ਸਾਹ ਤੋਰ ਵਗੈਰਾ ਪੂਰੀ ਚੰਗੀ ਆ, ਪਿੱਠ ਪੁੜਾ ਬਹੁਤ ਚੰਗਾ ਬਾਈ, ਪੂਰੀ ਚੜਾਈ ਚੁੜੀ ਚੰਗੀ ਆ, ਚੰਗੀ ਆ ਬਾਈ ਬੱਚੀ, ਦੁੱਧ ਚੰਗਾ ਪਾ ਦੂਗੀ। ਤੇ ਕੀ ਮੁੱਲ ਆ ਭਰਾ ਇਹਦਾ? 35,000 ਆ ਜੀ। 35,000 ਰੁਪਇਆ ਮਾਨ ਤਾਨ ਕਰੋਗੇ? ਹਾਂਜੀ। ਬਾਈ ਬਣ ਕੇ ਉਹ ਫੋਨ ਲਾਵੇ ਜੀ ਆਪਾਂ ਨੂੰ, ਠੀਕ ਹੈ, ਇਹਨੇ ਲੈਣ ਦੇਣ ਚ ਕਰਨਾ ਹੋਵੇ ਮੇਰੇ ਨਾਲ, ਵੀ ਐ ਨਾ ਹੋਵੇ ਬਾਈ ਮੁੱਲ ਬਾਲਾ ਮੰਗੀ ਜਾਂਦਾ ਬਾਈ, ਤਾਂ ਉਹੀ ਬੰਦਾ ਲਾਵੇ ਕਿਨੇ ਮੇਰੇ ਨਾਲ ਸੌਦਾ ਕਰਨਾ ਹੋਵੇ, ਜਿਹਨੇ ਲੈਣੀ ਆ ਬੱਚੀ। ਹਾਂ ਠੀਕ ਆ, ਜਿਹਨੂੰ ਰੇਟ ਜੱਚੇ ਸੌਦਾ, ਹਾਂ ਜੱਚੂਗਾ ਆਪਣਾ, ਕੋਈ ਚੱਕਰ ਨਹੀਂ, ਕਰਮ ਕਰਾਂਗੇ। ਹੁਣ ਮੈਂ ਤਾਂ ਮੰਗ ਲੈ ਮੂਲ ਨੇ ਲਾਉਣੇ ਆ, ਬੇਸ਼ੱਕ ਦੀ 5 ਪੈਸੇ ਲਾਵੇ, ਆਪਾਂ ਨੂੰ ਕੋਈ ਗੁੱਸਾ ਨਹੀਂ। ਠੀਕ ਆ ਬਾਈ, ਰੇਟ ਜੱਚੇਦਾਗਾ ਵਿੱਚ ਕਹਿ ਦਿੰਦੇ ਇੰਨਾ ਬਾਈ ਨੇ ਮੁੱਲ ਮੰਗਿਆ, ਇੰਨੇ ਚ ਤਾਂ ਸੱਜਰ ਗਾਂ ਆ ਜਾਂਦੀ, ਆਪਾਂ ਨੂੰ ਉਹ ਕੋਈ ਗੁੱਸਾ ਨਹੀਂ, ਉਹ ਨਾ ਲਾਵੇ ਆਪਾਂ ਨੂੰ। ਆਉਂਦਾ ਤਾਂ ਸਭ ਕੁਝ ਆ, ਪਰ ਚੀ ਚੀ ਦਾ ਮੁੱਲ ਆ। ਹਾਂ, ਚੀ ਚੀ ਦਾ ਮੁੱਲ ਆ, ਚੰਗੀ ਆ ਬਾਈ ਬੱਚੀ, ਮੂੰਹ ਖੀਰੀ ਆ ਬਾਈ, ਲੈ ਬਹੁਤ ਆਪਾਂ ਇਹ ਵੀ ਦਿਖਾ ਦਿੰਦੇ, ਕੱਚੀ ਖੀਰੀ ਆ। ਅੱਛਾ, ਦਿਖਾ ਦੋ ਬਾਈ ਦੰਦ ਪੱਟੇ। ਲਓ ਜੀ, ਬਾ ਠੀਕ ਆ ਬਾਈ, ਦੰਦੋਂ ਖੀਰੀ ਆ ਬਾਈ, ਜਾਨ ਜਿੰਦ ਬਹੁਤ ਆ ਬੱਚੀ ਚ, ਸਭ ਬੜੀ ਬੜੀ ਬਥੇਰੀ ਆ ਜੀ ਬਾਈ, ਚੰਗਾ। ਬਾਕੀ ਕੱਦ ਕਾਠ ਹੀ ਬਹੁਤ, ਅੱਜ ਨੇ ਬੱਚੀ ਹੀਟ ਚ ਆ ਜੀ, ਮੈਂ ਉਹਨਾਂ ਨੇ ਕਿਹਾ 2-4 ਦਿਨਾਂ ਨੂੰ, ਅੱਜ ਤੜਕੇ ਕਦੋਂ ਆ ਕੇ ਦੇਖੇ ਬੱਚੀ ਹੀਟ ਚ ਆ ਜੀ। ਆ ਦੇ ਸਾਂ ਬਾਈ, ਬਲਟ ਲਾ ਬਹੁਤ ਚੰਗੀ, ਕੂਨੀ ਕਾਨੀ ਤਾਂ ਵਾਧੂ ਆ ਜੀ। ਲੈ ਠੀਕ ਆ, ਆ ਦੇ ਸਾਂ ਜੀ, ਚਾਰੇ ਥਣ ਬਈ, ਇੱਕੋ ਜੇ ਤੇ ਨਿਕੜਵੇਂ ਮੇਰੇ, ਇੱਥੇ ਆਉਂਦੀ ਆ ਜੀ, ਲੈ ਦੇਖ ਲਓ ਮੋਢੇ ਤੇ ਆਉਂਦੀ ਆ, ਵਜਣ ਵਜਣ ਤੇ ਕੱਦ ਬਹੁਤ ਉੱਚਾ ਲਮਾ ਬੱਚੀ ਦਾ, ਮੁੱਲ 35,000 ਮਾਨਤਾਨ ਹੋ ਗਈ। ਅੱਗੇ ਬਾਈ ਸੁੱਖ, 2 ਨੰਬਰ ਤੇ ਕਿਹੜਾ ਸੂਆ ਸੂਈ ਹੈ ਬੈਡ? ਇਹ ਪਹਿਲਾ ਸੂਆ ਸੂਈ ਵੀ ਹੈ ਜੀ। ਕਿੰਨੇ ਦਿਨ ਹੋ ਗਏ? 4.5 ਮਹੀਨੇ ਤੋਂ ਉੱਪਰ ਗੱਭਣਾ ਜੀ ਇਹ। ਠੀਕ ਹੈ ਜੀ, 10 ਕਿਲੋ ਨੈਟ ਦੁੱਧ ਤਿਆਰ ਆ, 2 ਡੰਗ ਝੋਲੇ ਕੋਈ ਬੇਸ਼ੱਕ ਦੀ। ਠੀਕ ਹੈ ਬਾਈ, ਆਪਾਂ 10 ਕੇ ਦੇਵਾਂਗੇ ਜੀ। ਦੋ ਨਿਆਣੇ ਤੇ ਲੱਗੀ ਵੀ ਆ ਇਹ, ਵੀ 2 ਪਾਉਂਦੇ ਪਹਿਲਾਂ ਤੋਂ ਹੀ, ਉਹ ਇੱਕ ਤਾਂ ਇੱਕ ਥੱਲੇ। ਠੀਕ ਹੈ ਵੀਰੇ, ਕਿਹੜਾ ਦਾ ਮਗਰਲਾ ਥਾਣਾ, ਥਾਣ ਦਿਖਾ ਦਿਓ, 4 ਹੀ ਇੱਕੋ ਜੇ ਆ, ਊਂ ਟੈਟ ਆ ਬਸ ਵੀਰੀ, ਉਹ ਆ ਵੀ ਪਹਿਲੀਆਂ 10-12 ਧਾਰਾਂ ਟੈਟ ਆਉਂਦੀਆਂ, ਮੁੜ ਕੇ ਪੋਲਾ ਪੈ ਜਾਂਦਾ। ਅੱਛਾ, ਦੁੱਧ ਘੱਟ ਨਹੀਂ ਪਾਈਆ, ਵੱਧ ਹੈ ਇਹ 'ਚ। ਠੀਕ ਆ ਬਾਈ, ਘੱਟ ਨਹੀਂ ਹੈਗਾ ਦੁੱਧ, ਪਾਈਆ ਵੱਧ ਹੈ ਥੋੜਾ ਜਿਹਾ, ਵੀ ਧਾਰ ਟੈਟ ਆ, ਟੈਟ ਆ, ਹਾਂ 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 ਜਾਂਦੀਆਂ, ਮੁੜ ਕੇ ਰੈਲਾ ਹੋ ਜਾਂਦਾ। ਹਾਂ, ਰੈਲਾ ਹੋ ਜਾਂਦਾ। ਠੀਕ ਆ ਬਾਈ, ਤੇ ਕੱਦ ਕਾਠ ਬਾਈ, ਕਿਸੇ ਨੇ ਆਪਣੇ ਨਾਲ ਝੋਟੀ ਨਾ ਵੀ ਕਰਨਾ ਹੋਇਆ ਵੀ ਵੱਧ ਘੱਟ ਉਹ ਜੀ ਆਪਾਂ ਕਰ ਲਾਂਗੇ। ਠੀਕ ਆ ਬਾਈ, ਹੋਰ ਲਾ ਬਾਈ, ਤੋਰ ਕੇ ਦਿਖਾ ਦਈਏ। ਯਾਦ ਬਰੀਡ ਚੰਗੀ ਆ, ਗਰਮੀ ਗੁਰਮੀ ਨਾ ਦੇ ਬਰਾਬਰ, ਮੈਨੂੰ ਫੈਂਡ ਫੋਂਡ ਇਹਨਾਂ ਦੀ ਬਹੁਤ ਚੰਗੀ ਹੁੰਦੀ ਆ, ਫੇਸ ਬਿਊਟੀ ਚੰਗੀ ਆ, ਖਾਣ ਖਾਣ ਦੀ ਸਾਫ ਸੁਥਰੀ ਆ, ਚਾਰੇ ਥਾਂ ਕੱਦ ਕੁੱਦੇ ਆਹ ਬੈਠਦਾ, ਇਹਦੇ ਨਾਲ ਵੀ ਵਾਲਾ ਹੈ ਜੀ। ਆਹ ਬੈਠਣਾ ਬਈ, ਉਹ ਬੱਚੀ ਦਾ ਕੱਦ ਜ਼ਿਆਦੇ ਆ, ਤੇ ਆ ਦੇ ਸਾਹ ਤੋਰ ਵਗੈਰਾ ਪੂਰੀ ਚੰਗੀ ਆ, ਤੇ ਢੱਲਾਂ ਢੁੱਲਾਂ ਚੰਗੀਆਂ ਪਈਆਂ, ਇਹਦਾ ਹੁਣ ਚੋਈ ਵੀ ਆ ਜੀ, ਹੁਣ ਲੇਵਾ ਦਿਖਾਈ ਨੇ, ਹੱਥ ਨੇ ਪੂਰਾ ਵਧੀਆ ਬਣ ਜਾਂਦੀ ਆ। ਹਾਂ, ਜਿਹੜਾ ਆਪਣਾ ਵੀਡੀਓ ਬਣਾਉਣ ਦਾ ਟਾਈਮ ਆ ਜੀ, 10 ਵਜੇ ਦਾ ਟਾਈਮ ਆ, ਸ਼ਾਮ ਤੱਕ ਇਹਨੇ ਆਰਡਰ ਦੀ ਕੁਆਲਿਟੀ ਬਾ ਕਮਾਲ ਦੀ ਤਿਆਰ ਕਰਨੀ ਆ। ਦੁੱਧ 10 ਲੀਟਰ ਨੈਟ ਇਸ ਟਾਈਮ ਤਿਆਰ ਆ ਜੀ, ਸੇਵਾ ਕਰ ਲੂ, 12 ਤੇ ਹੀ ਵਗ ਜੂਗੀ, ਗੱਬਣ ਚ ਇੱਕ ਪਾਸ ਹਨ। ਹਾਂਜੀ, ਆਪਣੀ ਚੱਕ ਦੀ ਗਾਰੰਟੀ ਆ, ਵੀਡੀਓ ਵੀ ਦਿਖਾ ਸਕਦੇ ਆਪਾਂ ਨੂੰ। ਠੀਕ ਆ ਬਾਈ, ਹਾਂ, ਤੇ ਬਾਕੀ ਅਗਲਾ ਦੀ ਤਸੱਲੀ ਤੇ ਕਰਵਾ ਵੀ ਸਕਦਾ ਚੈੱਕ। ਹਾਂਜੀ ਠੀਕ ਆ ਬਾਈ, ਇਹਦਾ ਕੀ ਮੁੱਲ ਆ ਸਰ? ਇਹਦਾ 33,000 ਜੀ।
मानतान हो जू बाकी मौके दे विच्चों ते किसी भी दोवें बैडां जो कोई बैड पसंद आवे तां भरा नाल कनैक्ट कर लियो ਬੱਚੀ ਬਾਈ ਵਾਕਈ ਚੰਗੀ ਆ ਕੱਦ ਕਾਟ ਕਹਿੰਦੇ ਹੋ ਕਿਸੇ ਇਹ ਤਾਂ ਜੀ ਹੋ ਜਾਣੀ ਆ 30 ਤਰੀਕ ਨੂੰ 15 ਮਹੀਨਿਆਂ ਦੀ ਠੀਕ ਆ ਬੱਚੀ ਅੱਜ ਹੀਟ ਚ ਕੋਈ ਆਪ ਦੀ ਸੇਵਾ ਤੇ ਦੁੱਧ ਕਿੰਨਾ ਮਰਜ਼ੀ ਕਢਾ ਲੇ ਉਹਨਾਂ ਦੀਆਂ ਸਾਰੀਆਂ 30 ਤੋਂ 35 ਲੀਟਰ ਦੇ ਵਿੱਚ ਗਾਈਆਂ ਸੀਗੀਆਂ ਠੀਕ ਆ ਬਾਈ ਕੋਈ ਮੇਰੇ ਕਹਿਣੇ ਤੇ ਨਾ ਆਵੇ ਕੋਈ ਅਗਲਾ ਆਪ ਦੀ ਸੇਵਾ ਕਰ ਲੂ ਤਾਂ 40 ਕਢਾ ਲੈ ਨਹੀਂ ਆਵੇ ਨਹੀਂ ਪਤਾ 10 ਹੀ ਨਾ ਕੱਢੇ ਠੀਕ ਆ ਬਾਈ ਨਹੀਂ ਜਾ ਜਾ ਗੱਲ ਹਾਂਜੀ ਤੇ ਵੀਡੀਓ ਨੂੰ ਵੇਖ ਬਾਈ ਬਣ ਕੇ ਇੱਕ ਹੋਰ ਬੇਨਤੀ ਆ ਕਿਨੇ ਲੈਣੀ ਹੁੰਦੀ ਆ ਚੋ ਆਹ ਲੈਣੀ ਆ ਵੀ ਸੂਈ ਵੀ ਆ ਤਾਂ ਦੋ ਡੰਗ ਚੋ ਕੇ ਲੈ ਜੇ ਠੀਕ ਆ ਬਾਈ ਜਿਹੜੇ ਗੱਬਣ ਲੈਣੀ ਹੁੰਦੀ ਉਹ ਚੈੱਕ ਕਰਾ ਕੇ ਮੇਰੇ ਘਰੇ ਕਿਦੋਂ ਗੇਟੋਂ ਬਾਹਰ ਹੋ ਗਈ ਸਾਡੀ ਕੋਈ ਗਾਰੰਟੀ ਨਹੀਂ ਹੁੰਦੀ ਬਾ ਠੀਕ ਆ ਬਾਈ ਠਣਕਾ ਕੇ ਉਹਨਾਂ ਨੇ ਤਾਂ ਲਿਜਾਣੀ ਆਪਾਂ ਪਾਟਾ ਪੈ ਨੋਟ ਨਹੀਂ ਲੈਣਾ ਬਾ ਠੀਕ ਆ ਬਾਈ ਠੀਕ ਆ ਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ ਥੈਂਕ ਯੂ ਵੈਰੀ ਮਚ